ਅਸਲਾਮੁਅਲੈਕਮ ਜੀ ਜੀ ਆਇਆਂ ਨੂੰ ਮੇਰੇ ਚੈਨਲ ਤੇ ਤੇ ਅੱਜ ਅਸੀਂ ਬਣਾਵਾਂਗੇ ਚਨਿਆਂ ਦੀ ਦਾਲ ਤੇ ਉਹ ਵੀ ਮਸਾਲੇਦਾਰ ਵਾਲੀ ਤੇ જરા ਮਜ਼ੇ ਦੀ ਕਰਾਰੀ ਦਾਲ ਤੇ ਆਪਣੇ ਸਟਾਈਲ ਦੀ ਤੇ ਚਲੋ ਬਣਾਉਣਾ ਸ਼ੁਰੂ ਕਰਨੇ ਰਿਆਂ ਅੱਧੇ ਤੋਂ ਥੋੜਾ ਕੁ ਜ਼ਿਆਦਾ ਤੇਲ ਲੈ ਰਾ ਸੀ ਕੱਪ ਵਿੱਚ ਤੇ ਅੱਧੇ ਕੱਪ ਤੋਂ ਥੋੜਾ ਜ਼ਿਆਦਾ ਪੌਣਾ ਕੱਪ ਲੈ ਲਵੋ ਤੇਲ ਦਾ ਸੀ ਤੇ ਉਹਨੂੰ ਪਾਇਆ ਸੀ ਪਤੀਲੀ ਦੇ ਵਿੱਚ ਭਾਵੇਂ ਕੜਾਈ ਹੈ ਤੇ ਕੜਾਈ ਵਿੱਚ ਪਾ ਲਓ ਫਰਾਈਪੈਨ ਜਿੰਦੇ ਤੁਸੀਂ ਕੁਕਿੰਗ ਕਰਦੇ ਹੋ ਉਹਦੇ ਵਿੱਚ ਪਾ ਲੈਣਾ ਨਾ ਤੇ ਇੱਕ ਵੱਡਾ ਸਾਰਾ ਪਿਆਜ਼ ਲਿਆ ਸੀ ਉਹਨਾਂ ਮੈਂ ਬਰੀਕ-ਬਰੀਕ ਕੱਟ ਲਿਆ ਸੀ ਅਗਰ ਵੱਡਾ ਨਹੀਂ ਤੇ ਦੋ ਮੀਡੀਅਮ ਸਾਈਜ਼ ਦੇ ਤੁਸੀਂ ਪਿਆਜ਼ ਲੈ ਕੇ ਉਹਨਾਂ ਨੂੰ ਬਰੀਕ-ਬਰੀਕ ਕੱਟ ਲੈਣਾ ਤੇ ਹੁਣ ਅਸੀਂ ਇਹਨੂੰ ਕਰਾਂਗੇ 골ਡਨ ਬ੍ਰਾਊਨ ਤੇ ਮੈਨੂੰ ਫੋਲੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜਿਵੇਂ ਪਿਆਜ਼ ਸਾਡਾ 골ਡਨ ਬ੍ਰਾਊਨ ਹੋ ਗਿਆ ਤੇ ਮੈਂ ਥੋਮ ਤੇ ਅਦਰਕ ਨੂੰ ਵੀ ਚੌਪ ਕੀਤਾ ਹੈ ਸੀ ਤੇ ਉਹ ਵਿੱਚ ਛੁੱਟ ਦਿੱਤਾ ਤੇ ਹੁਣ ਅਸੀਂ ਥੋੜਾ ਕੋ ਇਹਨੂੰ ਵੀ 골ਡਨ ਬ੍ਰਾਊਨ ਕਰ ਦਾਂਗੇ ਤਾਂ ਕਿ ਇਹਦਾ ਕੱਚਾਪਨ ਖਤਮ ਹੋ ਜਾਵੇ ਕੱਚਾ ਪਾਨ ਖਤਮ ਹੋਇਆ ਤੇ ਅਸੀਂ ਦੋ ਟਮਾਟਰ ਲੈ ਆ ਸਨ ਉਹਨਾਂ ਨੂੰ ਮੈਂ ਕਰ ਲਿਆ ਸੀ ਗ੍ਰੈਂਡ ਚੋਪ ਜੋ ਵੀ ਕਰ ਸਕਦੇ ਹੋ ਕੱਲ ਲੈਣਾ ਤੇ ਵਿੱਚ ਸੁੱਟ ਦੇਣਾ ਤੇ ਉਹ ਚੰਗੀ ਤਰ੍ਹਾਂ ਭੁੰਨ ਲੈਣਾ ਜਿਵੇਂ ਤੇਲ ਉੱਤੇ ਆ ਜਾਵੇ ਤੇ ਮਸਾਲੇ ਪਾ ਲੈਣਾ ਲੂਣ ਮਿਰਚ ਤੁਸੀਂ ਆਪਣੇ ਹਿਸਾਬ ਦੀ ਪਾਣੀ ਅੱਧਾ ਚਮਚਾ ਛੋਟਾ ਮੈਂ ਪਾਇਆ ਸੀ ਹਲਦੀ ਦਾ ਪੀਸੇ ਸੁਕੇ ਤਨੀਏ ਦਾ ਪਾਊਡਰ ਦਾ ਅੱਧਾ ਚਮਚਾ ਤੇ ਜ਼ੀਰੇ ਦੇ ਪਾਊਡਰ ਦਾ ਅੱਧਾ ਚਮਚਾ ਸਾਰੀਆਂ ਚੀਜ਼ਾਂ ਪਾ ਕੇ ਲੂਣ ਵਿੱਚ ਤੁਸੀਂ ਆਪਣੇ ਹਿਸਾਬ ਦੀ ਪਾਣੀ ਤੇ ਤੁਸੀਂ ਜਿੰਨੀ ਖਾਂਦੇ ਪਿੰਦੇ ਰਹੇ ਹੋ ਨਾ ਤੇ ਤੁਸੀਂ ਇਹਨੂੰ ਭੁੰਨ ਲੈਣਾ ਤੇ ਥੋੜਾ ਕੋ ਪਾਣੀ ਥੋੜਾ ਕੋ ਪਾ ਲੈਣਾ ਤਾਂ ਕਿ ਮਸਾਲਾ ਤੁਹਾਡਾ ਗਲ ਨਾ ਸਾੜ ਨਾ ਜਾਏ ਸੌਰੀ ਮਸਾਲਾ ਤੁਹਾਡਾ ਸਾੜ ਨਾ ਜਾਵੇ ਤੇ ਹੁਣ ਅਸੀਂ ਰੱਖ ਦਾਂਗੇ ਢੱਕਣ ਤੇ ਹਲਕੀ ਜੀ ਅੱਗ ਤੇ ਤਾਂ ਕਿ ਮਸਾਲਾ ਚੰਗੀ ਤਰ੍ਹਾਂ ਪੱਕ ਜਾਵੇ 2 ਮਿੰਟ ਬਾਅਦ ਦੇਖਿਆ ਤੇ ਮਸਾਲਾ ਸਾਡਾ ਪੱਕ ਗਿਆ ਐ ਅਸੀਂ ਤੇਲ ਸਾਰਾ ਉੱਤੇ ਆ ਗਿਆ ਸੀ ਤੇ ਮੈਂ ਕੋਈ ਅੱਧਾ ਕੋ ਕਿਲੋ ਚੰਨਿਆਂ ਦੀ ਦਾਲ ਨੂੰ ਪਹਿਲੇ ਉਬਾਲ ਲਿੱਤਾ ਆ ਸੀ ਤੇ ਮੈਂ ਕੋਈ ਵਿੱਚ ਨਮਕ ਵਗੈਰਾ ਕੋਈ ਐਸੀ ਚੀਜ਼ ਨਹੀਂ ਸੀ ਪਾਈ ਸਿਰਫ ਉਹਨੂੰ ਉਬਾਲਿਆ ਸੀ ਇੰਨੀ ਕੁ ਬਾਲ ਲੈਣਾ ਦੇਖੋ ਮੈਂ ਤੁਹਾਨੂੰ ਫੇਕ ਵੀ ਵਹਾਈ ਹੈ ਰਹੀ ਹੈ ਨਾ ਦਾਲ ਨੂੰ ਤੇ ਉਬਾਲਣ ਤੋਂ ਬਾਅਦ ਉਹਦਾ ਮੈਂ ਪਾਣੀ ਸਾਈਡ ਤੇ ਰੱਖ ਦਿੱਤਾ ਸੀ ਰੋੜਿਆ ਨਹੀਂ ਸੀ ਰੱਖ ਅਗਰ ਜ਼ਰੂਰਤ ਪਈ ਤੇ ਮੈਂ ਇਹਦੇ ਵਿੱਚ ਪਾਣਾ ਸੀ ਰੱਖਿਆ ਹੋਇਆ ਵੇ ਤੇ ਅਸੀਂ ਹੁਣ ਚੰਨਿਆਂ ਦੀ ਦਾਲ ਨੂੰ ਪਾ ਦਿੱਤਾ ਹੈ ਰਵੇ ਵਿੱਚ ਅਸੀਂ ਥੋੜੀ ਦੇਰ ਆਸੇ ਚੰਨਿਆਂ ਦੀ ਦਾਲ ਨੂੰ ਇਹਦੇ 'ਚ ਪਕਾਣ ਦਾਂਗੇ ਤਾਂ ਕਿ ਦਰਾਂ ਮਸਾਲਾ ਤੇ ਚੰਨਿਆਂ ਦੀ ਦਾਲ ਨਾਲ ਰਸ ਮਿਸ ਜਾਣ ਨਾ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਪੱਕ ਗਈ ਹੈ ਰਹੀ ਸੀ ਪੋਨ ਲਿਆ ਸੀ ਚੰਨਿਆਂ ਦੀ ਦਾਲ ਨੂੰ ਤੇ ਹੁਣ ਜਿਹੜਾ ਥੋੜਾ ਬੋਤਾ ਪਾਣੀ ਵਿੱਚ ਸਾੜਤੇ ਰੱਖਿਆ ਸੀ ਨਾ ਜਿੰਦੇ ਵਿੱਚ ਮੈਂ ਉਬਾਲੀ ਸੀ ਦਾਲ ਤੁਸੀਂ ਜਿੰਨਾ ਪਾਣੀ ਰੱਖਣਾ ਜਾਂਦੇ ਹੋ ਹਲਕਾ ਜਿਹਾ ਮੈਂ ਥੋੜਾ ਕੋ ਪਾਣੀ ਸਮੇ ਲੋ ਕੇ ਇੱਕ ਗਲਾਸ ਛੋਟਾ ਪਾਇਆ ਹੈ ਰਾ ਸੀ ਤੇ ਹੁਣ ਇਹਨੂੰ ਚਮਚਾ ਚਲਾਵਾਂਗੇ ਤੇ ਹੁਣ ਥੋੜੀ ਦੇਰ ਅਸੀਂ ਅਸੀਂ ਚੰਨਿਆਂ ਦੀ ਦਾਲ ਨੂੰ ਪਕਨ ਦਾਂਗੇ ਕਿਉਂਕਿ ਅਸੀਂ ਥੋੜੀ ਮਸਾਲੇ ਵਾਲੀ ਥੋੜੀ ਤਰੀ ਵਾਲੀ ਦਾਲ ਰੱਖਣੀ ਹੈ ਰਹੀ ਇਸ ਲਈ ਨਾ ਇਹ ਦੇਖੋ ਥੋੜੀ ਦੇਰਾਂ ਸੇ ਜਦੋਂ ਪੱਕ ਗਈ ਤੇ ਉਹਦਾ ਸਾਰਾ ਔਇਲ ਉੱਤੇ ਆ ਗਿਆ ਸੀ ਤੇ ਮੈਂ ਵਿੱਚ ਇੱਕ ਚਮਚਾ ਗਰਮ ਮਸਾਲੇ ਦਾ ਧਨੀਏ ਦਾ ਤੇ ਹਰੀਆਂ ਮਿਰਚਾਂ ਮੈਂ ਵਿੱਚ ਛੋਟੇ ਦਿੱਤੀਆਂ ਰੀਆਂ ਸਨ ਤੇ ਦੇਖੋ ਸਾਰਾ ਕੁਝ ਪਾ ਦਿੱਤਾ ਹੈ ਰਵੇਨਾ ਕਿਰਿਸੋਨੀ ਲੁੱਕ ਲੱਗਦੀ ਪਈ ਨਾ ਐਂਜੀ ਲੱਗਦਾ ਨਾ ਮੂਝਪਾਨ ਤੇ ਹੁਣ ਚਮਚ ਚਲਾਉਣ ਤੋਂ ਬਾਅਦ ਤੁਸੀਂ ਟੱਕਰ ਰੱਖ ਦੇਣਾ ਤੇ ਤੁਸੀਂ ਇਹਨੂੰ ਕਮ ਸੇ ਕਮ 5 ਤੋਂ 7 ਮਿੰਟ ਮੀਡੀਅਮ ਅੱਗ ਤੇ ਰੱਖ ਦੇਣਾ ਤਾਂ ਕਿ ਪੱਕਣ ਦੇਣਾ ਨਾ ਨਾ ਉਸ ਤੋਂ ਬਾਅਦ ਮੈਂ ਟੱਕਣ ਬੰਦ ਕਰ ਦਿੱਤਾ ਟੱਕਣਾ ਛੇ ਪੰਜ ਤੋਂ 7 ਮਿੰਟ ਮੈਨੂੰ ਮੀਡੀਅਮ ਅੱਗ ਤੇ ਪਕਣ ਦਿੱਤਾ ਤੇ ਫਿਰ ਬਾਅਦ ਚ ਅੱਗ ਬੰਦ ਕਰ ਦਿੱਤੀ ਸੀ ਤੇ ਫਿਰ 5 ਮਿੰਟ ਵੇਟ ਕਰਨ ਤੋਂ ਬਾਅਦ ਮੈਂ ਫਿਰ ਉਹਦਾ ਟੱਕਣ ਚੁੱਕਿਆ ਤੇ ਫਿਰ ਮੈਂ ਉਹਨੂੰ ਕੱਢਿਆ ਡਿਸ਼ ਦੇ ਵਿੱਚ ਤੁਸੀਂ ਪਲੇਟ ਵਿੱਚ ਕੱਢਣਾ ਡੋਂਗੇ ਵਿੱਚ ਕੱਢਣਾ ਜੇਰੀ ਤਾਂ ਕੋਈ ਚੀਜ਼ ਉਸ ਟਾਈਮ ਹੋਵੇ ਉਹਦੇ ਵਿੱਚ ਕੱਢ ਲਓ ਤੇ ਚੰਨਿਆਂ ਦੀ ਦਾਲ ਸਾਡੀ ਮਸਾਲੇ ਵਾਲੀ ਰੈਡੀ ਹੋ ਗਈ ਹੈ ਨਾਨ ਨਾ ਖਾਓ ਚੋਲਾ ਨਾ ਖਾਓ ਰੋਟੀ ਨਾ ਖਾਓ ਜਾਂ ਪਰਾਠੇ ਨਾ ਖਾਓ ਜਿੰਨਾ ਤੇ ਦਿਲ ਕਰਦੇ ਫੋਲੋ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਦੁਆਵਾਂ ਵਿੱਚ ਯਾਦ ਰੱਖਣਾ ਫਿਰ ਇਨਸ਼ਾਅੱਲਾ ਤਾਲਾ ਅਗਲੀ ਵੀਡੀਓ ਨਾਲ ਤਾਂ ਜਲਦੀ